सीसीटीवी तस्वीरां नूं गौर दे नाल देखो, हत्थां दे विच वड्डियां वड्डियां डांगा फड़ घर दे अंदर दाखल हो रहे ये नौजवान होर नहीं इसे परिवार दे रिश्तेदार ने। जी हाँ, ताए ने अपने छोटे भरा ते हमला करवाया है। दस दिए कि जमीनी विवाद चल रहा सी, जिस दे चलदिआं ताए ने पहला तो छोटे भरा की फसल ते ट्रैक्टर चलाता, फिर जदों छोटे भरा ने विरोध किया ਤਾਂ ਦੇਖੋ ਉਸਦਾ ਅਤੇ ਉਸਦੇ ਮੁੰਡੇ ਦਾ ਕੀ ਹਾਲ ਕਰ ਦਿੱਤਾ। ਮੂੰਹ ਅੱਖ ਨੱਕ ਬੁੱਲ ਸਾਰਾ ਕੁਝ ਸਜਾ ਦਿੱਤਾ। ਦੇਖ ਸਕਦੇ ਹੋ ਕਿੰਨੀ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਹੈ। ਤਾਏ 'ਤੇ ਹਮਲਾ ਕਰਵਾਉਣ ਦੇ ਇਲਜ਼ਾਮ ਲੱਗ ਰਹੇ ਨੇ। ਸੀ ਸੀ ਟੀ ਵੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਦੇਖ ਸਕਦੇ ਹੋ ਕੁਝ ਨੌਜਵਾਨ ਘਰ ਅੰਦਰ ਦਾਖਲ ਹੋ ਕੇ ਹਮਲਾ ਕਰ ਦਿੰਦੇ ਨੇ। ਤਾਂ ਲੁਧਿਆਣੇ ਦੇ ਪਿੰਡ ਹਵਾਸ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਗੁੰਡਾਗਰਦੀ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਨੇ। ਜ਼ਮੀਨੀ ਵਿਵਾਦ ਦੇ ਚੱਲਦਿਆਂ ਇੱਕ ਵਿਅਕਤੀ ਨੇ ਆਪਣੇ ਛੋਟੇ ਭਰਾ ਅਤੇ ਉਸਦੇ ਪੁੱਤਰ ਦੀ ਕੁੱਟਮਾਰ ਕੀਤੀ ਹੈ ਅਤੇ ਪਰਿਵਾਰਕ ਮੈਂਬਰਾਂ ਨਾਲ ਵੀ ਗਾਲੀ ਗਲੋਚ ਕੀਤੀ ਹੈ। ਪੀੜਿਤ ਇੰਦਰਜੀਤ ਸਿੰਘ ਅਤੇ ਉਸਦੇ ਪਿਤਾ ਸੁਦਾਗਰ ਸਿੰਘ ਨੇ ਦੱਸਿਆ ਹੈ ਕਿ ਉਹ ਮਕਾਨ ਬਣਾ ਰਹੇ ਸੀ, ਜਿਸ ਨੂੰ ਲੈ ਕੇ ਕੁਝ ਬੈਂਕ ਤੋਂ ਪੈਸੇ ਲਿੱਤੇ ਅਤੇ ਪੈਸੇ ਨਾ ਮੋੜਨ 'ਤੇ ਕੋਈ ਜ਼ਮੀਨੀ ਵਿਵਾਦ ਉਹਨਾਂ ਦਾ ਆਪਣੇ ਵੱਡੇ ਭਰਾ ਦੇ ਨਾਲ ਹੋ ਗਿਆ। ਤਾਂ ਭਰਾ ਨੇ ਉਹਨਾਂ ਦੀ ਖੜੀ ਫਸਲ 'ਤੇ ਟਰੈਕਟਰ ਚਲਾ ਦਿੱਤਾ, ਜਿਸ ਕਰਕੇ ਇਹ ਲੜਾਈ ਹੋਈ ਅਤੇ ਲੜਾਈ ਨੇ ਦੇਖੋ ਕਿਵੇਂ ਖੂਨੀ ਰੂਪ ਧਾਰ ਲਿਆ। ਇਹ ਬਜ਼ੁਰਗ ਅਤੇ ਇਸਦੇ ਪੁੱਤਰ ਦੀ ਕੁੱਟਮਾਰ ਇਹਨਾਂ ਦੇ ਰਿਸ਼ਤੇਦਾਰਾਂ ਦੇ ਮੁੰਡਿਆਂ ਵੱਲੋਂ ਕੀਤੀ ਗਈ ਹੈ। ਆਓ ਇਹਨਾਂ ਪੀੜਤਾਂ ਕੋਲੋਂ ਹੀ ਜਾਣਦੇ ਹਾਂ ਆਖਿਰਕਾਰ ਗੱਲ ਕੀ ਹੋਈ ਹੈ। ਅਸੀਂ, ਮੈਂ ਅਤੇ ਮੇਰਾ ਡੈਡੀ ਜੀ ਬੈਂਕ ਆਏ ਸੀਗੇ ਪੈਸੇ ਕਢਾਉਣ ਲਈ। ਲੱਖ ਰੁਪਇਆ ਡੈਡੀ ਜੀ ਨੇ ਕੈਸ਼ ਕਢਾਇਆ, ਲੱਖ ਰੁਪਇਆ ਮੇਰੇ ਅਕਾਊਂਟ 'ਚ ਟ੍ਰਾਂਸਫਰ ਕੀਤਾ। ਮੇਰੇ ਮਕਾਨ ਦਾ ਕੰਮ ਚੱਲ ਰਿਹਾ ਵਾ ਅਤੇ ਜਦੋਂ ਅਸੀਂ ਘਰ ਪਹੁੰਚੇ ਤਾਂ ਦੇਖਿਆ ਵੀ ਸਾਡੇ ਕਣਕ ਬੀਜੀ ਹੋਈ ਹੈ ਜਿੱਥੇ ਉੱਥੇ ਟਰੈਕਟਰ ਚੱਲ ਰਿਹਾ, ਕਬਜ਼ਾ ਕਰ ਰਹੇ ਸੀ ਤਾਇਆ ਜੀ ਉਹਨੇ। ਅਤੇ ਅਸੀਂ ਉਹਨਾਂ ਨੂੰ ਰੋਕਿਆ, ਫਰਦ ਲੈ ਕੇ ਕਾਗਜ਼ ਉਹਨਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ, ਉਹ ਸਾਨੂੰ ਮਾਰਨ ਪੈ ਗਏ। ਉਹ 15-20 ਬੰਦੇ ਸੀਗੇ, ਅਸੀਂ ਮੈਂ ਅਤੇ ਮੇਰੇ ਡੈਡੀ ਜੀ ਦੋਨੇ ਸੀਗੇ। ਅਤੇ ਮੇਰਾ ਮੋਬਾਈਲ ਲੈ ਗਏ ਆ ਅਤੇ ਮੋਬਾਈਲ ਦੇ ਵਿੱਚ ਮੇਰੇ 2 ਲੱਖ ਰੁਪਇਆ ਅਕਾਊਂਟ ਦੇ ਵਿੱਚ ਆ ਮੇਰੇ ਇਸ ਟਾਈਮ। ਅਤੇ ਡੈਡੀ ਕੋਲ 1 ਲੱਖ ਰੁਪਇਆ ਸੀਗਾ ਕੈਸ਼, ਉਹ ਵੀ ਖੋਹ ਕੇ ਲੈ ਗਏ ਨੇ ਉਹ। ਉਹਨਾਂ ਦਾ ਨਾਮ ਮੱਗਰ ਸਿੰਘ, ਸਾਨੂੰ ਬੱਗਾ ਸਿੰਘ, ਅਤੇ ਬਲਵੀਰ ਕੌਰ ਪਤਨੀ ਮੱਗਰ ਸਿੰਘ, ਅਤੇ ਗੁਰਮੀਤ ਸਿੰਘ ਪੁੱਤਰ ਭਜਨ ਸਿੰਘ, ਬਲਜਿੰਦਰ ਕੌਰ ਪਤਨੀ ਗੁਰਮੀਤ ਸਿੰਘ, ਅਤੇ ਸੁਖਬੀਰ ਸਿੰਘ, ਸੁਖਬੀਰ ਸਿੰਘ ਪੁੱਤਰ ਗੁਰਮੀਤ ਸਿੰਘ, ਅਤੇ ਮਨਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ, ਅਤੇ ਕਰਨਵੀਰ ਸਿੰਘ ਜੋ ਕਿ ਮੱਗਰ ਸਿੰਘ ਦਾ ਭਾਣਜਾ ਆਪਣਾ ਦੋਤਾ ਲੱਗਦਾ ਵਾ, ਉਹ ਬਸਤੀ ਜੋਧੇਵਾਲਾ ਸੁਭਾਸ਼ ਨਗਰ ਰਹਿੰਦਾ ਵਾ। ਕਰਨਵੀਰ ਦੇ ਪਿਤਾ ਦਾ ਨਾਂ ਹੈਗਾ ਪਰਮਿੰਦਰ ਸਿੰਘ, ਉਹਦੇ ਦਾਦੇ ਦਾ ਨਾਂ ਹੈਗਾ ਸੋਹਣ ਸਿੰਘ। ਉਹ ਇੱਥੋਂ ਨਾਲ 2-3 ਮੁੰਡੇ ਲੈ ਕੇ ਗਿਆ ਬਦਮਾਸ਼ ਆਪਣੇ ਨਾਲ, ਅਤੇ ਇਹਨਾਂ ਨੇ ਸਾਡੇ ਨਾਲ ਕੁੱਟਮਾਰ ਕੀਤੀ। ਇਹਨਾਂ ਨੇ ਪਹਿਲਾਂ ਆਪਦਾ ਪਲੈਨ ਬਣਾਇਆ ਹੋਇਆ ਸੀਗਾ, ਜਦੋਂ ਅਸੀਂ ਖੇਤ ਦੇ ਵਿੱਚ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਸਾਡੀ ਕਣਕ ਵਾਹ ਰਹੇ ਨੇ, ਤਾਂ ਇਹਨਾਂ ਨੇ ਸਾਡੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਡੈਡੀ ਜੀ ਨੂੰ ਸਿੱਟ ਲਿਆ ਅਤੇ ਇਹਦੇ ਸੱਟਾਂ ਮਾਰੀਆਂ ਅਤੇ ਮੇਰੇ ਵੀ ਸੱਟਾਂ ਮਾਰੀਆਂ। ਇਹ 10-15 ਬੰਦੇ ਦੇ, ਅਸੀਂ 2 ਜਣੇ ਸੀਗੇ। ਉਸ ਤੋਂ ਬਾਅਦ ਇਹਨਾਂ ਨੇ ਆਪਣੇ ਸਿਵਲ ਵਿੱਚ ਆਏ ਨੇ, ਇਹਨਾਂ ਨੇ ਆਪਦੇ ਟੱਕ ਮਾਰ ਕੇ ਆਪਣੇ ਆਪ ਕਹਿੰਦੇ ਨੇ ਸਾਡੇ ਦਾਤਾ ਨਾਲ ਸਾਡੇ 'ਤੇ ਹਮਲਾ ਕੀਤਾ। ਉਲਟਾ ਪੈਸੇ ਦੇ ਕੇ 2 ਨੰਬਰ ਦੇ ਵਿੱਚ ਆਪਦਾ ਪਰਚਾ ਕਟਵਾ ਰਹੇ ਨੇ, ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਅਸੀਂ 3:30-4 ਵਜੇ ਦੇ ਆਏ ਹੋਏ ਹਾਂ ਸਿਵਲ ਹੋਸਪਿਟਲ, ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਆ। ਦੇਖੋ ਹੁਣ ਬੈਠੇ ਹਾਂ, ਹੁਣ ਸਾਡੇ ਟਾਂਕੇ ਲਾਏ ਨੇ ਅਤੇ ਹੁਣ ਪੱਟੀਆਂ ਕੀਤੀਆਂ ਜੀ, ਉਹ ਆਪਣਾ ਕਰਾ ਕੇ ਸਭ ਕੁਝ ਸਾਈਡ 'ਤੇ ਚਲੇ ਗਏ ਨੇ ਜੀ। ਇਹ ਸੀਸੀਟੀਵੀ ਜਦੋਂ ਲੜਾਈ ਝਗੜਾ ਹੋਣ ਤੋਂ ਬਾਅਦ ਮੈਂ ਅਤੇ ਮੇਰੇ ਡੈਡੀ ਤਾਂ ਖੇਤ 'ਚ ਪਏ ਸੀਗੇ। ਅਸੀਂ 100 ਨੰਬਰ 'ਤੇ ਕੰਟਰੋਲ ਰੂਮ ਫੋਨ ਕੀਤਾ, ਪੁਲਿਸ ਵਾਲੇ ਆਏ ਨੇ, ਮੁਲਾਜ਼ਮ ਉੱਥੇ ਆਏ ਨੇ, ਅਤੇ ਉਹਨਾਂ ਨੇ ਮੌਕਾ ਦੇਖਿਆ ਵਾ। ਅਤੇ ਜਿਹੜਾ ਟਰੈਕਟਰ ਸੀਗਾ ਜਿਹਨਾਂ ਬਹਾਈ ਸੀਗੀ ਮੁਲਾਜ਼ਮਾਂ ਨੂੰ, ਅਸੀਂ ਕਿਹਾ ਵੀ ਉਹ ਟਰੈਕਟਰ ਸਾਹਮਣੇ ਉਹ ਖੇਤਾਂ 'ਚ ਖੜ੍ਹਾ ਵਾ, ਵੀ ਇਹਨੂੰ ਵੀ ਜ਼ਬਤ ਕੀਤਾ ਜਾਵੇ। ਅਤੇ ਜਿਹੜੇ ਟਰੈਕਟਰ ਚਲਾ ਰਹੇ ਸੀ ਇਹਨਾਂ ਗੁਰਨਾਮ ਸਿੰਘ ਦਾ ਬੇਟਾ ਵਿਜੇ ਸਿੰਘ, ਪੁੱਤਰ ਗੁਰਨਾਮ ਸਿੰਘ, ਇੱਕ ਲੜਕੇ ਦਾ ਨਾਮ ਕੱਚਾ ਨਾਮ ਉਹਦਾ ਚਿੜੀ ਕਹਿੰਦੇ ਆ, ਪੱਕਾ ਨਾਮ ਮੈਨੂੰ ਪਤਾ ਨਹੀਂ ਉਸਦਾ, ਉਹ ਵੀ ਗੁਰਨਾਮ ਸਿੰਘ ਦਾ ਪੁੱਤਰ ਆ ਗੁਰਨਾਮ ਸਿੰਘ, ਅਤੇ ਉਹਨਾਂ ਦੀ ਪਤਨੀ। ਇਹ ਸਾਰੇ ਮੌਜੂਦ ਸੀਗੇ, ਕਬਜ਼ਾ ਕਰਨ ਆਏ ਸੀ। ਇਹਨਾਂ ਦਾ ਟਰੈਕਟਰ ਸੀਗਾ ਸਾਡੇ ਨਾਲ ਦੇ ਖੇਤਾਂ 'ਚ, ਇਹਨਾਂ ਟਰੈਕਟਰ ਖੜ੍ਹਾ ਸੀਗਾ। ਪੁਲਿਸ ਵਾਲੇ ਜਦੋਂ ਮੌਕੇ 'ਤੇ ਆਏ, ਅਸੀਂ ਉਹਨਾਂ ਨੂੰ ਕਿਹਾ ਵੀ ਇਹਨਾਂ ਟਰੈਕਟਰ ਵੀ ਜ਼ਬਤ ਕੀਤਾ ਜਾਵੇ, ਲੈ ਕੇ ਜਾਇਆ ਜਾਵੇ। ਪਤਾ ਨਹੀਂ ਹੁਣ ਲੈ ਕੇ ਆਏ ਆ ਕਿ ਨਹੀਂ ਥਾਣੇ, ਸਾਨੂੰ ਕੁਛ ਪਤਾ ਨਹੀਂ। ਅਸੀਂ ਤਾਂ ਇੱਥੇ ਸਿਵਲ ਹੋਸਪਿਟਲ ਇਸ ਟਾਈਮ ਇੱਥੇ ਹੀ ਹਾਂ ਹਜੇ। ਇਸ ਟਾਈਮ ਥਾਣਾ ਮਿਹਰਬਾਨ, ਰਾਹੁਲ ਰੋਡ, ਲੁਧਿਆਣਾ। ਪ੍ਰਸ਼ਾਸਨ ਨੇ ਇਹ ਮੰਗ ਕੀਤੀ ਜਾ ਰਹੀ ਆ ਸਾਨੂੰ ਨਿਆਂ ਦਿੱਤਾ ਜਾਵੇ, ਸਾਡੇ ਨਾਲ ਧੱਕਾ ਹੋ ਰਿਹਾ ਵਾ। ਇਹ ਪੈਸੇ ਦੇ ਕੇ 2 ਨੰਬਰ ਦੇ ਵਿੱਚ ਆਪਦਾ ਪਰਚਾ ਵੀ ਕਟਵਾ ਕੇ ਚਲੇ ਗਏ ਨੇ, ਸਾਡੀ ਕੋਈ ਸੁਣਵਾਈ ਨਹੀਂ। 3-4 ਵਜੇ ਅਸੀਂ ਆਏ ਹੋਏ ਹਾਂ, ਹੁਣ ਦੇਖ ਲਓ ਕਿੰਨਾ ਟਾਈਮ ਹੋ ਗਿਆ ਵਾ। ਹੁਣ ਸਾਡੇ ਜਾ ਕੇ ਪੱਟੀਆਂ ਕੀਤੀਆਂ ਗਈਆਂ ਅਤੇ ਟਾਂਕੇ ਲਗਵਾਏ ਗਏ ਡੈਡੀ ਜੀ ਨੇ। ਡੈਡੀ ਜੀ ਬਜ਼ੁਰਗ ਨੇ, 75-80 ਸਾਲ ਦੀ ਉਮਰ ਨੇ ਉਹਨਾਂ ਦੀ,
ਤੇ ਉਹਨਾਂ ਦੇ ਸੱਟਾਂ ਮਾਰੀਆਂ ਵਾ ਡਾਂਗਾਂ ਨਾਲ ਉਹਨੂੰ ਕੁੱਟਿਆ ਗਿਆ। ਇਹ 10-15 ਜਣੇ ਬੰਦੇ ਸੀਗੇ ਜੀ, ਕਈਆਂ ਦੇ ਤਾਂ ਮੈਂ ਨਾਮ ਵੀ ਨਹੀਂ ਜਾਣ ਰਿਹਾ, ਉਹ ਬਾਹਰਲੇ ਬੰਦੇ ਸੀਗੇ ਜੀ। ਹਾਂਜੀ, ਇਹਨਾਂ ਨੇ ਘਰੇ ਹਮਲਾ ਕੀਤਾ, ਮੇਰੇ ਘਰੇ CCTV ਕੈਮਰੇ ਲੱਗੇ ਹੋਏ ਨੇ, ਉਹਨਾਂ ਦੀ ਵੀਡੀਓ ਮੈਂ ਦੇ ਦੂੰਗਾ ਮੀਡੀਆ ਨੂੰ, ਉਹ ਵੀ ਦਿਖਾ ਦੇਵਾਂਗੇ ਜੀ। ਅਤੇ ਘਰ ਦੇ ਗੇਟਾਂ ਦੇ ਉੱਤੇ ਵੀ ਡੰਗ ਗਡਾਸੀਆਂ ਮਾਰੀ ਗਈਆਂ ਵਾ, ਇੱਟਾਂ ਮਾਰੀਆਂ ਗਈਆਂ ਵਾ, ਅਤੇ ਅੰਦਰ ਜਾ ਕੇ ਵੀ ਹਮਲਾ ਕੀਤਾ ਇਹਨਾਂ ਨੇ ਜੀ। ਉਸ ਤੋਂ ਬਾਅਦ ਖੇਤ 'ਚ ਲੜਾਈ ਕਰਨ ਤੋਂ ਬਾਅਦ ਅਸੀਂ ਖੇਤ 'ਚ ਪਏ ਸੀਗੇ, ਸਾਨੂੰ ਕੁੱਟ ਕੇ ਸਿੱਟ ਗਏ ਇਹਨਾਂ ਨੇ, ਉਦੋਂ ਬਾਅਦ ਘਰੇ ਜਾ ਕੇ ਵੀ ਸਾਡੇ ਹਮਲਾ ਕੀਤਾ। ਡੈਡੀ ਦੀ ਹਾਲਤ ਕਾਫੀ ਖਰਾਬ ਨੇ, ਉਹਨਾਂ ਨੂੰ ਟਾਂਕੇ ਲੱਗੇ ਨੇ ਹੱਥਾਂ 'ਤੇ ਅਤੇ ਚੱਕਰ ਆ ਨੇ, ਬਜ਼ੁਰਗ ਬੰਦੇ ਨੇ ਅਤੇ ਕਾਫੀ ਵੀਕਨੈਸ ਆ ਉਹਨਾਂ ਨੂੰ, ਅਤੇ ਇੱਥੇ ਅਜੇ ਐਡਮਿਟ ਨੇ ਜੀ।